ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਮਿਸ਼ਨ ਪਾਰਕ ਰਹਿੰਦੇ। ਮਿਸ਼ਨ ਪਾਰਕ ਰਹਿੰਦੇ ਹੋ, ਕੀ ਪਰੇਸ਼ਾਨੀ ਕੀ ਆ ਰਹੀ ਤੁਹਾਨੂੰ? ਪਰੇਸ਼ਾਨੀ ਅਸੀਂ ਫੇਰ ਸੈਰ ਕਰਨ ਆਏ ਦੇ, ਇੰਨੇ ਕੁੱਤੇ ਹੁੰਦੇ ਨੇ, ਕੁੱਤੇ ਦੇ ਡਰਦੇ ਅਸੀਂ ਆਉਂਦੇ ਹੀ ਲੇਟ। ਠੀਕ ਹੈ। ਤੇ ਲੋਕੀ ਜਿਹੜੇ ਨੇ ਬਿਸਕੁਟਾਂ ਦੇ ਪੈਕਟ ਫੜੇ ਹੁੰਦੇ ਆ, ਲਿਫਾਫੇ ਚੰਗੇ ਭਰੇ ਹੁੰਦੇ ਆ ਔਰ ਪਾਉਂਦੇ ਆ, ਉਹਨਾਂ ਪਾਉਂਦੇ ਜਿੱਥੇ ਸੈਰ ਕਰਦੇ ਹੋ ਉੱਥੇ। ਫਿਰ ਤਾਂ ਮਾਤਾ ਜੀ ਚਾਹੀਦਾ ਕਿ ਜਿਹੜੇ ਕੁੱਤਿਆਂ ਨੂੰ ਬਿਸਕੁਟ ਪਾਉਂਦੇ ਉਹਨਾਂ ਨੂੰ ਚਾਹੀਦਾ ਕੁੱਤੇ ਆਪਣੀ ਜਗ੍ਹਾ ਕਿਤੇ ਸੇਫਟੀ ਜਗ੍ਹਾ ਲੈ ਕੇ ਜਾਣ, ਚੁੱਕ ਕੇ ਉੱਥੇ ਹੀ ਪਾਉਣ, ਆਮ ਇਨਸਾਨ ਨੂੰ ਪਰੇਸ਼ਾਨੀ ਆ। ਉਹ ਬਿਲਕੁਲ ਪਾਉਂਦੇ ਜਿੱਥੇ ਅਸੀਂ ਸੈਰ ਕਰਦੇ ਹੁੰਦੇ ਉੱਥੇ ਲਿਫਾਫੇ ਹੁੰਦੇ ਆ ਉਹਨਾਂ ਕੋਲ। ਠੀਕ ਹੈ। ਇੰਨੇ ਲਿਫਾਫੇ ਹੁੰਦੇ ਆ ਉਹਨਾਂ ਕੋਲ, ਬਿਸਕੁਟ ਰਸ। ਠੀਕ ਹੈ। ਇਹਨਾਂ ਚੀਜ਼ਾਂ ਪਾਉਂਦੇ। माता जी असि तुहाडी परेशानी नूं कोशिश करें आवाज उठाने दी और हल कढ़ने दी भी असि कोशिश सारे करांगे। सिर्फ आम जनता नूं कुत्तियां मलो हलकाए दा कुत्ता अगर तुहानूं वड लेगा तां तुसीं की करोगे? ओहदा जिम्मेवार जिहड़े बिस्कुट पांदे ओह ते नहीं लैणगे ना? ना ना उहनां नूं ना सानूं ना पता ना ओह कित्थों आंदे आ कित्थों नहीं, सानूं पता ही नहीं। ठीक है। ਤੇ ਫਿਰ ਇਹਨਾਂ ਜਿਹੜੇ ਨਜਾਇਜ਼ ਸੋਸ਼ਲ ਵਰਕਰ ਬਣ ਕੇ ਅਵਾਰਾ ਕੁੱਤਿਆਂ ਨੂੰ ਖਾਣਾ ਖੁਣਾ ਪਾਉਂਦੇ ਆ, ਫਿਰ ਸਰਕਾਰ ਨੂੰ ਇਹਨਾਂ ਦੇ ਉੱਤੇ ਨਕੇਲ ਪਾਣੀ ਚਾਹੀਦੀ ਹੈ। ਪਾਣੀ ਚਾਹੀਦਾ ਨਕੇਲ ਕੀ ਅਵਾਰਾ ਕੁੱਤੇ ਥੋੜੇ ਘੱਟ ਵੀ ਕਰਨੇ ਚਾਹੀਦੇ। ਠੀਕ ਹੈ। ਕਾਰਪੋਰੇਸ਼ਨ ਨੂੰ ਚਾਹੀਦਾ। ਸਾਡੀ ਗਲੀ 'ਚ ਦੋ ਤਿੰਨ ਕੁੱਤੇ ਹੈਗੇ, ਬਹੁਤ ਤੰਗ ਕਰਦੇ ਹਰ ਥਾਂ ਕੋਠੀਆਂ ਕੀਤੀਆਂ। ਮੈਡਮ ਕੀ ਗਲੀ ਕਿਹੜੀ ਤੁਹਾਡੀ? ਕੀ ਨਾਂ ਤੁਹਾਡਾ? ਮੈਂ ਦਰਬਾਰੀ ਲਾਲ ਬੋਲ ਰਿਹਾ ਜੀ। ਦਰਬਾਰੀ ਲਾਲ, ਇੱਥੇ ਜਿਹੜਾ ਅਵਾਰਾ ਕੁੱਤਿਆਂ ਨੇ ਜੋ ਹਫੜਾ ਦਫੜੀ ਮਚਾਈ, ਕੀ ਕਹਿਣਾ ਕੀ ਚਾਹੁੰਦੇ ਉਹਨਾਂ ਬਾਰੇ? ਮੈਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਆ ਕਿ ਇਹ ਜੇ ਜਾਨਵਰ ਅਵਾਰਾ ਫਿਰਦੇ ਆ, ਅਗਰ ਜੇ ਇਹਨਾਂ ਨੂੰ ਇੰਨਾ ਕੋਈ ਮੰਨ ਲਏ ਕਿਸੇ ਨੂੰ ਇਹਨਾਂ ਦਾ ਤਰਸ ਆਉਂਦਾ ਆ ਤਾਂ ਉਹ ਇਹਨੂੰ ਕੰਟਰੋਲ ਦੇ ਅੰਦਰ ਆਪਣੇ ਰੱਖਣ, ਔਰ ਕੰਟਰੋਲ ਰੱਖ ਕੇ ਗੌਰਮੈਂਟ ਨੂੰ ਪ੍ਰਸ਼ਾਸਨ ਨੂੰ ਵੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਕੁੱਤਿਆਂ ਦਾ ਜਾਨਵਰਾਂ ਵਾਸਤੇ ਕੋਈ ਨਾ ਕੋਈ ਸੁਵਿਧਾ ਦਾ ਸਾਧਨ ਬਣਵਾਉਣਾ ਚਾਹੀਦਾ ਤਾਂ ਕਿ ਪਬਲਿਕ ਨੂੰ ਮੰਨ ਲਏ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਔਰ ਮੈਂ ਦਲਵਾਰ ਲਾਲ ਮਹੱਲਾ ਰਾਮਨਗਰ ਤੋਂ, ਔਰ ਮੈਂ ਇੱਥੇ ਤੀਹ ਸਾਲ ਤੋਂ ਯੋਗਾ ਕਰਨ ਆ ਰਿਹਾ ਹਾਂ, ਔਰ ਮੈਂ ਇਹ ਕਹੂੰਗਾ ਕਿ ਮੈਨੂੰ ਵੀ ਕੱਟਿਆ ਗਿਆ ਔਰ ਮੈਂ 5 ਟੀਕੇ ਆਪਣੇ ਲਵਾਏ, ਔਰ ਕੁਛ ਹੋਰ ਬੰਦਿਆਂ ਨੇ ਵੀ ਮੈਨੂੰ ਬਹੁਤ ਸ਼ਿਕਾਇਤਾਂ ਕੀਤੀਆਂ ਕਿ ਇੱਥੇ ਅਵਾਰਾ ਕੁੱਤੇ ਜਿਹੜੇ ਆ ਇਹ ਪਬਲਿਕ ਦੇ ਨਾਲ ਬਹੁਤ ਹੀ ਪਰੇਸ਼ਾਨੀਆਂ ਦੇ ਰਹੇ ਆ। ਫਿਰ ਜਿਹੜੇ ਅਵਾਰਾ ਕੁੱਤਿਆਂ ਨੂੰ ਖਾਣਾ ਪਾਉਂਦੇ ਆ, ਫਿਰ ਤੁਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਲਗਾਉਣੀ ਚਾਹੀਦੀ ਤੁਹਾਨੂੰ? ਫਿਰ ਇਸ ਕਰਕੇ ਕੰਪਲੇਂਟ, ਹੁਣ ਆਪਾਂ ਕਿਹਦੇ ਕਿਹਦੇ ਨਾਲ ਲੜੀਏ? ਜੇ ਅਸੀਂ ਕਹਿੰਦੇ ਆ ਤੇ ਉਹ ਸਾਨੂੰ ਉਲਟਾ ਮਤਲਬ ਕਿ ਸਾਡੇ ਨਾਲ ਧੱਕੇਸ਼ਾਹੀ ਕਰਦੇ ਆ। ਠੀਕ ਹੈ। ਤੇ ਹੁਣ ਇਹਨਾਂ ਨੂੰ ਇਹ ਆ ਵੀ ਜੇ ਕੋਈ ਉਹਨਾਂ ਨੂੰ ਖੁਰਾਕ ਪਾਉਂਦੇ ਵੀ ਆ, ਕੋਈ ਸਹੀ ਖੁਰਾਕ ਦਿੱਤੀ ਜਾਵੇ ਤਾਂ ਕਿ ਇਹ ਜਾਨਵਰਾਂ ਦਾ ਮੂੰਹ ਕਿਸੇ ਗਲਤ ਰਸਤੇ ਨਾ ਜਾਵੇ। ਬਿਲਕੁਲ। ਇਹ ਜਦੋਂ ਵੀ ਉਹਨੂੰ ਗਲਤ ਖੁਰਾਕ ਮਿਲਦੀ ਆ ਉਹ ਇਸ ਕਰਕੇ ਮਾਸ ਨੂੰ ਪੈਂਦੇ ਆ। ਪਤਾ ਲੱਗਾ ਕਿ ਸਮਾਜ ਸੇਵਕ ਲੇਡੀ ਇੱਥੇ ਬੜੀਆਂ ਜੋ ਕਿ ਦੁਕਾਨਦਾਰਾਂ ਨਾਲ ਹੁੱਲੜਬਾਜ਼ੀ ਕਰਕੇ ਗਈਆਂ, ਬੜੀਆਂ ਹਾਹਾਕਾਰ ਮਚਾ ਕੇ ਗਈਆਂ, ਜਿਨ੍ਹਾਂ ਨੇ ਕੁੱਤਿਆਂ ਨੂੰ ਖਾਣਾ ਖੁਣਾ ਪਾਉਂਦੇ ਨੇ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਫਿਰ ਉਹਨਾਂ ਨੂੰ ਕੁੱਤੇ ਜਿਹੜੇ ਆਪਣੇ ਘਰ ਲੈ ਕੇ ਜਾਂ ਹੋਰ ਕਿਤੇ ਰੱਖਣੇ ਚਾਹੀਦੇ ਕੁੱਤੇ? ਮੈਂ ਇਹ ਕਹੂੰਗਾ ਕਿ ਜੇ ਉਹਨਾਂ ਦੀ ਕੋਈ ਜਾਨਵਰਾਂ ਦੀ ਕੋਈ ਸੇਵਾ ਕਰਨੀ ਚਾਹੁੰਦਾ ਆ ਕਿ ਉਹਨਾਂ ਲਈ ਕੋਈ ਐਸੀ ਸੰਸਥਾ ਸੁਵਿਧਾ ਬਣਾਈ ਜਾਵੇ ਜਿਹਦੇ ਨਾਲ ਮਤਲਬ ਕਿ ਉਹ ਜਾਨਵਰ ਜਿਹੜਾ ਬਾਹਰ ਨਾ ਆਵੇ ਤੇ ਉਹਦੇ ਅੰਦਰ ਅੰਦਰ ਉਹਦੀ ਸੇਵਾ ਕੀਤੀ ਜਾਵੇ, ਤਾਂ ਕਿ ਪਬਲਿਕ ਜਿਹੜੀ ਆ ਉਹ ਬਿਲਕੁਲ ਸੁਰੱਖਿਅਤ ਰਵੇ। ਮੇਰਾ ਪਬਲਿਕ ਦਾ ਜੀਣਾ ਕੋਈ ਨਹੀਂ ਹੈ। ਕਈ ਜਗ੍ਹਾ ਦੇ ਅਸੀਂ ਖਬਰਾਂ ਆਉਂਦੀਆਂ ਆ ਕਿ ਕੋਈ ਬੱਚਾ ਚੱਕ ਬੱਚੇ ਨੂੰ ਮਾਰ ਦਿੱਤਾ, ਕਿ ਜਨਾਨੀ ਨੂੰ ਮਾਰਦਾ, ਕਿ ਇਹਨੂੰ ਇਹ ਕੁੱਤਿਆਂ ਨੇ ਡੰਗ ਮਾਰ ਕੇ, ਔਰ ਉਹਦਾ ਕੌਣ ਸਾਧਨ ਬਣਿਆ? ਜਿਹੜੇ ਖੁਰਾਕ ਪਾਉਂਦੇ ਆ ਉਹਨਾਂ ਨੂੰ ਵੀ ਇਸ ਅਕਲ ਦਿੱਤੀ ਜਾਵੇ ਵੀ ਇਹ ਤੁਸੀਂ ਖੁਰਾਕ ਤਾਂ ਪਾਉਂਦੇ ਆ ਕਿ ਇਸ ਪਬਲਿਕ ਨੂੰ ਕੀ ਬਣਾ ਦਿੰਦੇ ਆ। ਫਿਰ ਜਿਹੜੇ ਖੁਰਾਕ ਪਾਉਂਦੇ ਆ ਉਹ ਕੁੱਤੇ ਗੰਦ ਵੀ ਪਾਉਂਦੇ ਨੇ, ਫਿਰ ਜਿਹੜੇ ਖੁਰਾਕ ਪਾਉਂਦੇ ਆ ਫਿਰ ਉਹਨਾਂ ਦਾ ਫਰਜ਼ ਬਣਦਾ ਕਿ ਗੰਦ ਵੀ ਚੁੱਕਣ ਉਹਨਾਂ ਦਾ। ਬਿਲਕੁਲ ਸੱਚ ਆ ਕਿ ਇਹ ਜਦੋਂ ਆਪਾਂ ਉਹਨਾਂ ਨੂੰ ਡਾਇਟ ਦਿੰਦੇ ਆ ਉਹਦੇ ਮਤਲਬ ਕਿ ਜਦੋਂ ਜਾਨਵਰ ਜਿਹੜਾ ਆ ਆਪਣੇ ਗੰਦਗੀ ਦਾ ਕਰਦਾ, ਲੈਟਰਿੰਗ ਕਰਦਾ, ਉਹ ਕੰਮ ਤੇ ਉਹਦਾ ਮਤਲਬ ਕਿ ਸਫਾਈ ਵੀ ਉਹਦੇ ਹੱਥ ਬਣਦੀ ਆ, ਹਰ ਚੀਜ਼ ਉਹਦੇ ਹੱਥ ਬਣਦੀ ਆ। ਲੇਕਿਨ ਇਹ ਤੇ ਨਹੀਂ ਹੁੰਦਾ ਕਿ ਮਤਲਬ ਕਿ ਆਪਾਂ ਜਿਹੜੀ ਬਾਅਦ ਦੇ ਵਿੱਚ ਆ ਕੇ ਤੇ ਕਿਸੇ ਗਰੀਬ ਦੇ ਨਾਲ ਧੱਕਾ ਕਰੀਏ, ਕਿਤੇ ਗਰੀਬ ਮਰਨ ਪੈਰ ਬਣ ਜਾਂਦਾ, ਦੂਸਰੇ ਬੰਨੇ ਆ ਕੇ ਆਪਾਂ ਉਹਨੂੰ ਧੱਕਾ ਕਰ ਜਾਂਦੇ ਹਾਂ। ਤੁਸੀਂ ਗਰੀਬ ਨਾਲ ਧੱਕਾ ਹੋਣਾ ਪਸੰਦ ਕਰਦੇ ਹੋ? ਨਹੀਂ, ਅਸੀਂ ਕਿਉਂ ਕਰਾਂਗੇ? ਅਸੀਂ ਤਾਂ ਹਰ ਇੱਕ ਦੇ ਹੱਕ ਦੇ ਵਿੱਚ ਖੜੇ ਹਾਂ। ਜਿਹੜਾ ਇਨਸਾਨ ਜਿਹੜਾ ਸੱਚ ਤੇ ਚੱਲਦਾ ਆ ਔਰ ਸੱਚਾਈ ਦੇ ਨਾਲ ਜਿਹੜਾ ਸਹੀ ਢੰਗ ਦੇ ਨਾਲ ਸਿੱਧਾ ਬਣ ਜਾਂਦੇ ਆ ਉਹਦੇ ਨਾਲ ਚੱਲਣ, ਅਸੀਂ ਉਹਦੇ ਨਾਲ ਆ। ਲੋਕਾਂ ਦੀ ਅਵੇਅਰਨੈਸ ਨਹੀਂ ਹੈ। ਦੂਸਰੀ ਗੱਲ, ਜਿਹੜੇ ਖਾਣਾ ਖੁਣਾ ਪਾਉਂਦੇ ਉਹਨਾਂ ਨੂੰ ਨਹੀਂ ਪਾਉਣਾ ਚਾਹੀਦਾ ਹੈਗਾ, ਉਹ ਤਾਂ ਆਪ ਜਿਹੜੀ ਕਿ ਆਪਣੇ ਆਪ ਨੂੰ ਵੱਢਣ ਵਾਲੀ ਗੱਲ ਹੀ ਹੈ। ਇਸ ਉਮਰ 'ਚ ਕਿਸੇ ਨੂੰ ਸੱਟ ਲੱਗ ਜਾਏ, ਕੁਛ ਲੱਗ ਜਾਏ, ਕਦੇ ਉਹਨੂੰ ਇਲਾਜ ਵੀ ਨਹੀਂ ਕਰਾ ਸਕਦਾ ਹੈਗਾ। ਇਸ ਕਰਕੇ ਅਵਾਰਾ ਕੁੱਤੇ ਨੂੰ ਜਾਨੀ ਕਿ ਆਪ 'ਚ ਨਹੀਂ ਰੱਖਣਾ ਚਾਹੀਦਾ ਹੈਗਾ। ਬਿਲਕੁਲ, ਇਹਨਾਂ ਨੂੰ
ਖਾਣਾ ਪੀਣਾ ਨਹੀਂ ਦੇਣਾ ਚਾਹੀਦਾ ਜਿਹੜੇ ਸੋਸ਼ਲ ਵਰਕਰ ਥਾਂ ਥਾਂ ਤੇ ਖਾਣਾ ਪਾ ਦਿੰਦੇ ਆ ਉਹਨਾਂ ਦੀ ਕੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਮੈਂ ਸ਼ਾਮ ਨੂੰ ਕਈ ਵਾਰ ਦੇਣਾ ਜੀ ਇੱਥੇ 5:30 ਵਜੇ ਇੱਕ ਲੇਡੀ ਆਉਂਦੀ ਆ ਉਹ ਆਪਣੇ ਐਕਟਿਵਾ ਦੇ ਉੱਤੇ ਆਪਣਾ ਬਾਲਟੀ ਪੂਰੀ ਦੁੱਧ ਦੀ ਜਾਂ ਖਾਣੇ ਲੈ ਕੇ ਆਉਂਦੀ ਉਹ ਸਾਰਿਆਂ ਕੁੱਤਿਆਂ ਨੂੰ ਡਿਵਾਈਡ ਕਰਦੀ ਆ ਠੀਕ ਹੈ ਬਜਾਇ ਦੇ ਕਿ ਉੱਥੇ ਕੁੱਤੇ ਉਹ ਸਾਰਿਆਂ ਨੂੰ ਵੱਢ ਨੂੰ ਫਿਰਦੇ ਆ ਅੱਛਾ ਠੀਕ ਹੈ ਜੀ मतलब की उस बच्चे जिम्मेवार चुकया जाए।